ਪੰਜਾਬ ਸਰਕਾਰ ਨੇ ਦਿੱਤੇ ਸਖ਼ਤ ਆਦੇਸ਼। ਕੋਰੋਨਾ ਵਾਇਰਸ ਦੇ ਵੱਧ ਰਹੇ ਕੇਸਾਂ ਕਾਰਨ ਕੋਰੋਨਾ ਵਿਸ਼ਾਣੂ ਦੇ ਕੇਸ ਨਿਰੰਤਰ ਵੱਧ ਰਹੇ ਹਨ। ਫਿਰੋਜ਼ਪੁਰ ਦੇ ਜ਼ਿਲ੍ਹਾ ਕਮਿਸ਼ਨਰ ਵੱਲੋਂ ਪੰਜਾਬ ਵਿੱਚ ਲਗਾਤਾਰ ਵੱਧ ਰਹੇ ਕੋਰੋਨਾ ਦੇ ਮਾਮਲਿਆਂ ਦੇ ਮੱਦੇਨਜ਼ਰ ਅੱਜ ਧਾਰਾ 144 ਅਧੀਨ 31 ਦੇ ਤਹਿਤ ਤਹਿਸੀਲ ਜ਼ਿਲ੍ਹਾ ਫਿਰੋਜ਼ਪੁਰ ਵਿੱਚ ਰਾਤ 10 ਵਜੇ ਤੋਂ ਬਾਅਦ ਸਾਰੀਆਂ ਧਾਰਮਿਕ ਥਾਵਾਂ ਦੀਆਂ ਦੁਕਾਨਾਂ ਦੇ ਸਮਾਨ ਰੈਸਟੋਰੈਂਟ ਮੈਰਿਜ ਪੈਲੇਸ ਹੋਟਲ ਫੂਡ ਪੁਆਇੰਟਾਂ ਨੂੰ ਪੂਰੀ ਤਰ੍ਹਾਂ ਬੰਦ ਕਰਨ ਦੇ ਆਦੇਸ਼ ਜਾਰੀ ਕੀਤੇ। ਜ਼ਿਲ੍ਹਾ ਫਿਰੋਜ਼ਪੁਰ ਵਿੱਚ ਕੋਰੋਨਾ ਦੇ ਨਵੇਂ ਕੇਸ ਸਾਹਮਣੇ ਆਏ ਹਨ। ਫਿਰੋਜ਼ਪੁਰ ਤੋਂ ਪੱਤਰਕਾਰ ਗੁਰਪ੍ਰੀਤ ਸਿੰਘ ਭੁੱਲਰ ਦੀ ਰਿਪੋਰਟ। ਦੇਖੋ, ਮੈਂ ਪਹਿਲੇ ਵੀ ਫਿਰੋਜ਼ਪੁਰ ਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਕੋਰੋਨਾ ਦੁਬਾਰਾ ਇੱਕ ਬੜੀ ਭਿਆਨਕ ਰੂਪ ਮੇਂ ਆ ਰਿਹਾ ਹੈਗਾ। ਸਭ ਕੀ ਜਾਨ ਹੈ ਜੋ ਖੁਦ ਕੇ ਹੱਥੋਂ ਪਹਿਲੇ ਹੁੰਦੀ ਹੈ, ਪੁਲਿਸ ਇੱਕ ਇੰਪਲੀਮੈਂਟ ਕਰਵਾ ਸਕਦੀ ਹੈ, ਲੇਕਿਨ ਇਹ ਕੋਰੋਨਾ ਮਹਾਮਾਰੀ ਐਸੀ ਹੈਗੀ ਜਿਹਦਾ ਤੁਸੀਂ ਅਗਰ ਖੁਦ ਧਿਆਨ ਰੱਖੋਗੇ ਤਾਂ ਬੜੀ ਆਰਾਮੀ ਨਾਲ ਇਸ ਨੂੰ ਨਿਪਟਿਆ ਜਾ ਸਕਦਾ ਹੈਗਾ। ਮੈਂ ਫਿਰ ਦੁਬਾਰਾ ਫਿਰੋਜ਼ਪੁਰ ਵਾਸੀਆਂ ਅਪੀਲ ਕਰਦਾ ਹਾਂ ਕਿ ਕੋਰੋਨਾ ਨੂੰ ਮੱਦੇਨਜ਼ਰ ਰੱਖਦੇ ਹੋਏ ਜਦੋਂ ਵੀ ਘਰੋਂ ਸੇ ਬਾਹਰ ਨਿਕਲੋ ਤਾਂ ਮਾਸਕ ਪਹਿਨ ਕੇ ਨਿਕਲੋ। ਜਿਹੜੇ ਵੀ ਸੋਸ਼ਲ ਗੈਦਰਿੰਗ ਹੁੰਦੀ ਹੈ ਉਹਨਾਂ ਦੇ ਵਿੱਚ ਗੌਰਮੈਂਟ ਦੀ ਜੋ ਗਾਈਡਲਾਈਨ ਹੈ ਉਹਨਾਂ ਦੀ ਪਾਲਣ ਕਰੋ, ਉੱਥੇ ਬਿਨਾਂ ਮਾਸਕ ਪਹਿਨੇ ਹੋਏ ਮੱਤ ਜਾਓ ਔਰ ਸੋਸ਼ਲ ਡਿਸਟੈਂਸਿੰਗ ਦਾ ਪਾਲਣ ਕਰੋ, ਹਮੇਸ਼ਾ ਹੱਥ ਧੋ, ਸੈਨੇਟਾਈਜ਼ਰ ਦਾ ਪ੍ਰਯੋਗ ਕਰੋ। ਕੱਲ੍ਹ ਸਾਡੇ DC ਸਾਹਿਬ ਨੇ ਆਰਡਰ ਨਿਕਾਲਿਆ, ਅਸੀਂ ਉਹਨਾਂ ਨੂੰ ਬਿਲਕੁਲ ਚੰਗੀ ਤਰ੍ਹਾਂ ਉਸ ਇੰਪਲੀਮੈਂਟ ਕਰਵਾਏਗੇ। 10 ਵਜੇ ਬਾਅਦ ਮੈਂ ਕੋਈ ਵੀ ਹੋਟਲ ਮਾਲ ਵਗੈਰਾ ਅਦਾਰੇ ਵਗੈਰਾ ਰਾਤ ਮੈਂ ਖੁੱਲ੍ਹੇ ਨਹੀਂ ਰਹੇ, ਅਸੀਂ ਪੂਰੀ ਉਹਨਾਂ ਨੂੰ ਸਖਤੀ ਨਾਲ ਬੰਦ ਕਰਵਾਉਣ ਦੀ ਕੋਸ਼ਿਸ਼ ਕਰਾਂਗੇ। ਠੇਕੇ ਵੀ ਸਰ ਬੰਦ ਰਹਿਣਗੇ? ਅਭੀ ਬੇਸਿਕਲੀ ਹੋਟਲ ਮਾਲ ਔਰ ਰੈਸਟੋਰੈਂਟ ਵਗੈਰਾ ਇਹਨਾਂ ਦੇ ਆਰਡਰ ਨਿਕਾਲੇਗੇ। ਆਹ ਤੁਸੀਂ ਦੇਖ ਰਹੇ ਹੋਗੇ ਅਸੀਂ ਜੋ ਵਾਇਓਲੇਸ਼ਨ ਕਰ ਰਹੇ ਉਹਨਾਂ ਦੇ ਤਾਂ ਚਲਾਨ ਬਣਾ ਰਹੇ ਹਾਂ ਜਾਂ ਮਾਸਕ ਬਣ ਰਹੇ ਜਾਂ RT-PCR ਟੈਸਟ ਵੀ ਕਰਾ ਰਹੇ ਹਾਂ ਤਾਂ ਕਿ ਲੋਕਾਂ ਨੂੰ ਇੱਕ ਅਵੇਅਰਨੈਸ ਕ੍ਰੀਏਟ ਹੋਗੀ ਔਰ ਦੁਬਾਰਾ ਕੋਵਿਡ ਕੇ ਸਾਰੇ ਜੋ ਗਾਈਡਲਾਈਨ ਉਹਨਾਂ ਦੀ ਪਾਲਣ ਕੀਤੀ ਜਾਵੇ।